ਕੋਈ ਆਰਸੀਬੀ ਨੂੰ ਚੱਕਣ ਵਾਸਤੇ ਕੋਈ ਹੈਗੀ ਆ ਮਸ਼ੀਨ ਕੋਈ ਉਹ ਜੇਸੀਬੀ ਲੈ ਆਈਏ ਥੋੜਾ ਪੁਆਇੰਟ ਟੇਬਲ 'ਚ ਚੱਕ ਦਈਏ ਇਹਨਾਂ ਨੂੰ ਕਿ ਨਹੀਂ ਔਖਾ ਇਹ ਪੂਰਾ ਟਰੂ ਆਰਸੀਬੀ ਫੈਨ ਆ ਵਿਚਾਰਾ ਇਹ ਆਰਸੀਬੀ ਸਾਰਿਆਂ ਨੂੰ ਬਾਹਰ ਲੈ ਕੇ ਜਾਊਗੀ ਐਂ ਕਰੋ ਜਿਹੜੀਆਂ ਟੌਪ ਵਾਲੀਆਂ ਟੀਮਾਂ ਉਹਨਾਂ ਦਾ ਉਹ ਕਰਾ ਦਿੰਦੇ ਆਪਾਂ ਮੀਟਅਪ MBHI ਵਾਲੇ ਨਾਲ ਫਿਰ ਆਰਸੀਬੀ ਸ਼ਾਇਦ ਤੱਕ ਫਿਰ ਸ਼ਾਇਦ ਥੋੜੇ ਚਾਂਸ ਹੈਗੇ ਆ Hey guys, welcome back to the channel. I hope ਤੁਸੀਂ ਸਾਰੇ ਘੈਂਟ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਹੋਰ ਸੁਣਾਓ ਕੀ ਹਾਲ ਚਾਲ, ਠੀਕ ਹੋ? ਮੈਂ ਚੱਲਿਆ ਸ਼ਹਿਰ, ਬਹੁਤ ਜ਼ਰੂਰੀ ਕੰਮ ਨਿਬੇੜਨਾ ਆਪਣਾ, ਲਾਇਸੈਂਸ ਬਣਵਾਉਣਾ ਯਾਰ। ਉਹ ਬਹੁਤ ਦਿਨਾਂ ਤੋਂ ਚੱਲ ਰਿਹਾ ਸੀ ਪ੍ਰੋਸੈਸ 'ਚ, ਅਤੇ ਅੱਜ ਫਾਈਨਲ ਉਹ ਆ ਟਰਾਇਲ ਡੇ, ਜਿਹਦੇ 'ਚ ਆਪਾਂ ਕਾਰ ਚਲਾ ਕੇ ਦਿਖਾਉਣੀ ਹੁੰਦੀ ਉਹਨਾਂ ਨੂੰ, ਅਤੇ ਉਹ ਕਰਾ ਕੇ ਫਿਰ ਆਪਣਾ ਲਾਇਸੈਂਸ ਆ ਜੂਗਾ। ਅਤੇ ਕਿਉਂਕਿ ਲਾਇਸੈਂਸ ਦੀ ਯਾਰ ਦਿੱਕਤ ਬਹੁਤ ਆਉਂਦੀ ਆ, ਜ਼ਿਆਦਾ ਦੂਰ ਟਰੈਵਲ ਕਰਨਾ ਹੁੰਦਾ, ਫਿਰ ਲਾਇਸੈਂਸ ਜ਼ਰੂਰੀ ਆ। ਲੋਕਲ ਤਾਂ ਚੱਲ ਹੀ ਜਾਂਦਾ, ਇੱਥੇ ਕਿਹੜਾ ਕੋਈ ਪੁੱਛਦਾ ਆ, ਗੱਲ ਕਰਾ ਦੇਈ ਆ। ਗੋਆ ਗਏ ਸੀਗੇ, ਉੱਥੇ ਵੀ ਫਿਰ ਮੇਰੇ ਕੋਲ ਲਾਇਸੈਂਸ ਹੈ ਨਹੀਂ ਸੀ, ਅਤੇ ਪ੍ਰੋਬਲਮ ਆਈ ਤਰਸੇਮ ਨੂੰ ਸਕੂਟਰੀ ਚਲਾਉਣੀ ਬਈ, ਤਾਂ ਕਰਕੇ ਲਾਇਸੈਂਸ ਬਣਵਾ ਲਈਏ ਮੈਂ ਕਿਹਾ ਸਭ ਤੋਂ ਪਹਿਲਾਂ, ਅਤੇ ਆਜੋ ਚੱਲਦੇ ਹਾਂ। ਬਾਕੀ ਗੁਰਸ਼ਾਨ ਦਾ ਫੋਨ ਆਇਆ ਸੀਗਾ, ਕਹਿੰਦਾ ਮਿਲਦੇ ਹਾਂ, ਜੇ ਆ ਗਿਆ ਤਾਂ ਉਹਨੂੰ ਵੀ ਥੋੜ੍ਹਾ ਜਿਹਾ ਪ੍ਰਦਰਸ਼ਨ ਕਰਾਂਗੇ ਉਹਦਾ ਵੀ। ਕਹਿੰਦੇ ਕੱਛਾ ਆ ਗਿਆ ਬਾਈ, ਕੱਛਾ ਇੱਧਰ ਬਾਈ ਇੱਧਰ। Yeah baby go, Gurshan Singh Tata, Gurshan Singh in the house baby Tata. Guys, Gurshan bhai apne naal aa chuke aa, dekh sakde ho dosto, hun bag hunde modhyan de bhai hun jaan lag gaye street te, gaddi da vi gaddi di tanki khali hundi aa, 50 hanga da pawa lenne hun 50 da bahut aa, inne na inne do tin din nikal jande bachyan de, average hai ni te di, oh my god kinni average hai di sunyo, changa phir milde hain bye kal nu, okay। ਗਾਇਜ ਇੱਥੋਂ ਜਮ੍ਹਾਂ ਫ੍ਰੀ ਹੋ ਚੁੱਕੇ ਹਾਂ, ਵੈਰੀਫਿਕੇਸ਼ਨ ਹੋ ਗਈ ਆ ਫੇਸ ਦੀ, ਅਤੇ ਹੁਣ ਸਿੱਧਾ ਚੱਲਦੇ ਹਾਂ ਮੁਕਤਸਰ। ਲਓ ਵੀ RTO ਦੇ ਆਫਿਸ ਪਹੁੰਚ ਚੁੱਕੇ ਹਾਂ, ਅਤੇ ਆਹ ਦੇਖੋ ਕੀ ਕੁਛ ਬਣਾਇਆ ਇਹਨਾਂ ਨੇ, ਆਪਣਾ ਟੈਸਟ ਹੋਊਗਾ, ਦੇਖਦੇ ਹਾਂ ਕੀ ਕਹਿੰਦੇ ਆ। ਗਾਇਜ ਆਪਣੇ ਲਾਇਸੈਂਸ ਦਾ ਹੋ ਗਿਆ ਟ੍ਰਾਇਲ ਸਕਸੈਸਫੁਲ, ਸਵਾਦ ਆ ਗਿਆ। ਮੈਂ ਕਿਹਾ ਮੇਰੀ ਦਿਲ ਦੀ ਭਾਵਨਾ ਸਮਝ ਸਕਦੇ ਹੋ, ਜਦੋਂ ਮੈਂ ਟ੍ਰਾਇਲ ਦੇਣ ਦਾ ਸੀ ਨਾ, ਮੈਨੂੰ ਐਂ ਫਸਟ ਟਾਈਮ ਲੱਗਾ ਕਿ ਜਿਵੇਂ ਕੀ ਕਹਿ ਸਕਦੇ ਆਪਾਂ, ਕੋਈ ਜਜਮੈਂਟ ਡੇ ਹੁੰਦਾ ਜਿਵੇਂ ਰਿਜ਼ਲਟ ਵਾਲਾ ਦਿਨ ਹੁੰਦਾ, ਉਸ ਤੋਂ ਵੱਧ ਟੈਨਸ਼ਨ ਸੀ ਥੋੜ੍ਹਾ ਦੱਕ ਦੱਕ ਕਰਦਾ। ਮੋਟਰਸਾਈਕਲ ਆਪਾਂ ਕਿਸੇ ਦਾ ਮੰਗ ਲਏ, ਮੋਟਰਸਾਈਕਲ ਵਾਲਾ ਤਾਂ ਸਭ ਤੋਂ ਈਜ਼ੀ ਹੁੰਦਾ, ਕਾਰ ਵਾਲਾ ਥੋੜ੍ਹਾ ਔਖਾ ਹੁੰਦਾ ਕਿਉਂਕਿ ਪਾਰਕ ਕਰਨੀ ਹੁੰਦੀ, ਉੱਥੇ ਥੋੜ੍ਹਾ ਟਾਈਮ ਲੱਗ ਜਾਂਦਾ, ਹੋਰ ਕੋਈ ਨਹੀਂ। ਬਾਕੀ ਬੰਦੇ ਹੀ ਘੈਂਟ ਆ, ਫਿਰ ਮੈਂ ਸਾਰਾ ਕੁਛ ਕਰ ਹੀ ਲੈਣਾ ਸੀ। ਹੁਣ ਚੱਲਦੇ ਹਾਂ ਜਿਮ, ਸ਼ਾਇਦ ਜਾਈਏ ਅੱਜ ਜੇ ਘਰ ਟਾਈਮ ਨਾਲ ਪਹੁੰਚਿਆ ਗਿਆ, ਕਿਉਂਕਿ ਗੱਡੀ ਦਾ ਵੀ ਥੋੜ੍ਹਾ ਜਿਹਾ ਕੰਮ ਕਰਾਉਣਾ, ਉਹ ਕਰਾਉਣਾ, ਅਤੇ ਉਸ ਤੋਂ ਬਾਅਦ ਜਿਮ ਵਾਸਤੇ ਸ਼ਾਇਦ ਹੀ ਟਾਈਮ ਬਚੇ, ਬਾਕੀ ਦੇਖਦੇ ਹਾਂ ਜਿਵੇਂ ਵੀ ਹੁੰਦਾ। ਜਿਮ ਤਾਂ ਕੋਈ ਰੈਗੂਲਰ ਨਹੀਂ ਗਾ, ਜਿਮ ਵਾਲੇ ਸਾਨੂੰ ਕਹਿੰਦੇ ਵੀ ਆਓ, ਸਾਡਾ ਜੀ ਨਹੀਂ ਲੱਗਦਾ, ਪਰ ਅਸੀਂ ਇੱਕ ਨਹੀਂ ਯਾਰ, ਅਸੀਂ ਥੋੜ੍ਹੇ ਨਾ ਪ੍ਰੋਸੈਸਿੰਗ 'ਚ ਹਾਂ, ਥੋੜ੍ਹਾ ਰੈਸਟ ਪੀਰੀਅਡ ਚੱਲ ਰਿਹਾ ਤੁਹਾਡਾ, ਰਿਕਵਰੀ 'ਚ ਹਾਂ, ਤਾਂ ਕਰਕੇ ਇੱਕ ਮੇਰੇ ਥੋੜ੍ਹੀ ਸੱਟ ਲੱਗ ਗਈ ਸੀ ਯਾਰ ਗੋਡੇ 'ਤੇ, ਉਹਦੇ ਕਰਕੇ 4-5 ਦਿਨ ਖਰਾਬ ਹੋ ਗਏ, ਨਹੀਂ ਤਾਂ ਅਸੀਂ ਰੈਗੂਲਰ ਜਿਮ ਜਾਣ ਲੱਗ ਗਏ ਸੀਗੇ, ਅਤੇ ਆਜੋ ਹੁਣ ਘਰੇ ਚੱਲਦੇ ਹਾਂ। ਬਾਈ ਆਹ ਵਾਲੀ ਸੜਕ ਕਦੋਂ ਬਣੂਗੀ, ਮੈਨੂੰ ਮਾੜਾ ਇੱਕ ਮਿੰਟਾਂ 'ਚ ਦੱਸੋ, ਹੋਰ ਪਾਸੇ ਸਾਰੇ ਤਰੱਕੀ ਹੋ ਗਈ, ਇੱਧਰ ਨਹੀਂ ਹੁੰਦੀ ਤਰੱਕੀ। ਆਪਾਂ ਹੁਣ ਚੱਲੇ ਹਾਂ ਇੰਸਟੀਟਿਊਟ, ਮੈਂ ਗੁਰਸ਼ਾਨ ਹੁਣ ਜਾਣ ਲੱਗ ਗਿਆ, ਮੈਨੂੰ ਵੀ ਥੋੜ੍ਹੀ ਮੋਟੀਵੇਸ਼ਨ ਮਿਲ ਗਈ, ਮੈਂ ਸੋਚਿਆ ਚਲੋ ਆਪਾਂ ਵੀ ਚੱਲਦੇ ਹਾਂ, ਅਤੇ ਕਰਾਉਂਦੇ ਹਾਂ ਅੱਜ ਐਡਮਿਸ਼ਨ ਯਾਰ, ILT ਕਰਕੇ ਦੇਖ ਲਈਏ, ਹੋਰ ਤਾਂ ਕੁਛ ਹੁੰਦਾ ਨਹੀਂ ਆਪਣੇ ਤੋਂ। ਅਤੇ ਉਸ ਤੋਂ ਬਾਅਦ ਆਪਾਂ ਜਿੱਥੇ ਜਾਣਾ, ਬਹੁਤ ਸਪੈਸ਼ਲ ਜਗ੍ਹਾ, ਫਿਰ ਆਪਣੇ ਸਪੈਸ਼ਲ ਯਾਰ ਨੂੰ ਮਿਲਣ ਜਾਣਾ ਆਪਾਂ, ਉਹ ਆਪਾਂ ਦੱਸਾਂਗੇ ਅੱਗੇ, ਤੁਹਾਨੂੰ ਪਤਾ ਲੱਗ ਹੀ ਜਾਣਾ ਵੈਸੇ। ਅਤੇ ਪਹਿਲਾਂ ਇੰਸਟੀਟਿਊਟ ਜਾਂਦੇ ਹਾਂ, 5-6 ਘੰਟੇ ਪੜ੍ਹਦੇ ਹਾਂ, ਉਸ ਤੋਂ ਬਾਅਦ ਬਾਕੀ ਦੇ ਦਿਨ ਫਨ ਕਰਾਂਗੇ। ਗਾਇਜ਼ ਇੰਸਟੀਟਿਊਟ 'ਚ ਜਾਵਾਂ ਫ੍ਰੀ ਹੋ ਚੁੱਕੇ ਹਾਂ, ਅਤੇ ਹੁਣ ਆਪਾਂ ਚੱਲਦੇ ਹਾਂ ਘਰ, ਉਸ ਤੋਂ ਬਾਅਦ ਜਾਵਾਂਗੇ ਆਪਣੇ ਯਾਰ ਕੋਲ, ਹਰਾਮੀ ਬੰਦੇ ਕੋਲ।
ਤੇ ਇੰਸਟੀਟਿਊਟ 'ਚ ਥੋੜ੍ਹੀ ਮੈਨੂੰ ਘਬਰਾਹਟ ਹੋਣ ਲੱਗ ਪੈਂਦੀ ਆ, ਯੂ ਨੋ ਆਈ ਡੋਂਟ ਲਾਈਕ ਸੋ ਮੱਚ ਸਟੱਡੀਜ਼, ਤਾਂ ਕਰਕੇ ਉੱਥੇ ਮੈਨੂੰ ਥੋੜ੍ਹਾ ਜਿਹਾ ਡਿਪਰੈਸ਼ਨ ਵੀ ਹੋ ਜਾਂਦਾ ਕਈ ਵਾਰੀ, ਪੜ੍ਹਾਈ ਲਿਖਾਈ ਨਾ ਸੁਣ ਕੇ ਮੈਨੂੰ ਡਿਪਰੈਸ਼ਨ ਹੋ ਜਾਂਦਾ ਇਹੋ ਜਿਹੀਆਂ ਚੀਜ਼ਾਂ ਦੇ, ਆਈ ਡੋਂਟ ਲਾਈਕ, ਸੋ ਫੋਰਗੈਟ ਦਿਸ। ਹਾਂਜੀ ਗਾਈਜ਼, ਫਾਈਨਲੀ ਪਹੁੰਚ ਚੁੱਕੇ ਹਾਂ, ਦੇਖ ਸਕਦੇ ਹੋ ਬਿਜ਼ੀ ਪਰਸਨ ਫੋਨ ਵੀ ਆ ਗਿਆ, ਇਹਨੂੰ ਤਾਂ ਜਾਣਦੇ ਹੀ ਮੁੰਡੇ ਨੂੰ ਸੋਹਣੇ ਸਾਖੀ ਨੂੰ ਗੱਲ ਕਰ ਲੈਂਦੇ ਫਿਰ ਬਾਈ। ਇੰਟਰੋਡਕਸ਼ਨ ਦੇ ਦੇ ਨਿਊ ਸੇਲ ਕੀ ਇਹਦੇ ਨੂੰ, ਇੰਟਰੋਡਕਸ਼ਨ ਦੇ ਆਪਣੇ ਨਿਊ ਸਬਸਕ੍ਰਾਈਬਰਸ ਨੂੰ। ਨਵਜੋਤਪਾਲ ਸਿੰਘ ਬੀਐਸਸੀ ਕਰਦਾ ਹੈ, ਭੂਆ ਦਾ ਮੁੰਡਾ ਇਹਦੇ। ਉਹ ਭਰਾਵਾ ਰਿਸ਼ਤਾ ਨਹੀਂ ਕਰਾਉਣਾ, ਚੁੱਪ ਕਰ ਜਾ ਹੁਣ, ਉਹ ਨਾ ਦੱਸਦੀ ਪਿੰਡ ਦਾ ਡਾਕਖਾਨਾ। ਇੱਕ ਨਾ ਮੁੰਡਾ ਥੋੜਾ ਸੋਹਣਾ ਵਾਲਾ, ਤਨਕੂਣੀ ਹੁੰਦੀ ਹੈ, ਆਈਫੋਨ ਵੀ ਕੋਲ ਆ, ਪੱਗ ਵੇਖ ਲ, ਪੱਗ ਤੇ ਮੱਟ ਤੇ ਹੋਰ ਬਾਕੀ ਮੁੱਛਾਂ ਵੀ ਘੈਂਟ ਆ। ਹੋਰ ਕੀ ਇਹਦੀ ਤਾਰੀਫ ਕਰਾਂ ਮੈਂ, ਬਸ ਕੁੜੀ ਹੋਵੇ ਕੋਈ ਮੈਸੇਜ ਕਰਦਾ ਇਹਨੂੰ ਡੀਐਮ 'ਚ, ਆਈਡੀ ਮੈਂ ਤੁਹਾਨੂੰ ਦੱਸ ਦੂੰਗਾ, ਠੀਕ ਆ। ਹੋਰ ਤਾਂ ਇਹਦਾ ਕੋਈ ਮਸਲਾ ਹੈ ਨਹੀਂ, ਆਹੀ ਹੱਲ ਕਰਨ ਵਾਲਾ ਇੱਕ ਰਹਿ ਗਿਆ। ਇੱਕ ਫਿਰ ਮੰਮੀ ਡੈਡੀ ਵੇਖ ਲੈਂਦੇ ਆ, ਮਜ਼ਾਕ ਕਰਦੇ ਪਏ ਆ। ਇਹਦੇ ਕੋਲ ਆਏ ਆ, ਮੀਟਅਪ ਹੋ ਗਿਆ ਵੇਖ ਲਓ ਬਾਈ ਨਾਲ, ਕਿੰਨੇ ਟਾਈਮ ਬਾਅਦ, 7-8 ਮਹੀਨਿਆਂ ਬਾਅਦ ਮੀਟਅਪ ਹੋਇਆ ਹੁਣ। ਮੀਟਅਪ ਹੀ ਕਹਿੰਦੇ ਆ ਕਿ ਮਿਲਾਪ ਕਹਿੰਦੇ ਆ, ਕੀ ਕਹਿੰਦੇ ਆ, ਕੀ ਕਰਾਂਗੇ ਫਿਰ ਅੱਜ, ਕੀ ਕਰਨਾ, ਮੌਜਾਂ ਕਿਹੜੀਆਂ, ਮੌਜਾਂ ਰਾਤ ਨੂੰ ਮੂੰਗੀ ਖਾ ਕੇ ਸਮਝਾਂਗੇ। ਬੜਾ ਨੀਚ ਬੰਦੇ ਹੋ ਯਾਰ ਤੁਸੀਂ, ਦੇਖ ਸਕਦੇ ਹੋ ਨਾ ਸ਼ਹਿਰ ਵੀ, ਸ਼ਹਿਰ ਬੜਾ, ਇੱਕ ਤਾਂ ਇਹਨਾਂ ਦਾ ਉਹ ਆ, ਕੀ ਕਹਿੰਦੇ ਉਹਨੂੰ, ਬੈਕਵਰਡ ਹਨਾ, ਬੈਕਵਰਡ 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 ਹੀ ਆਹ, ਵੇਖ ਤਾਂ ਲਓ, ਲੈ ਉਹ ਵੇਖੀ, ਲੈ ਲੈ ਜਾਂਦੇ ਕਿਵੇਂ, ਕਲਾਸ ਹੈ ਕਲਾਸ, ਇਹ ਕਿਹੜੀ ਕਲਾਸ ਆ, ਜਲਾਲਾਬਾਦ ਕਲਾਸ ਆ ਇਹਦੇ ਬਾਈ। ਪੱਗਾਂ ਦੇ ਵੀ ਤੁਸੀਂ ਥੋੜ੍ਹੇ ਢੰਗ ਚੇਂਜ ਹੁੰਦੇ ਦੇਖੋਗੇ, ਇੱਥੇ ਜਲਾਲਾਬਾਦ ਸ਼ਾਹੀ ਚੱਲਦੀ ਜ਼ਿਆਦੀ, ਆਹ ਮੁੰਡਾ ਤਾਂ ਪਟਿਆਲਾ ਸ਼ਾਹੀ ਬਣਦਾ। ਬਾਕੀ ਤੁਹਾਨੂੰ ਇੱਥੇ ਬੋਲੀ ਸੁਣਾਵਾਂਗੇ ਤੁਹਾਨੂੰ, ਹਾਂ ਲੈਂਗੁਏਜ ਤੁਸੀਂ ਇਸ ਜਗ੍ਹਾ ਦੀ ਨਹੀਂ ਸੁਣੀ ਹੋਣੀ, ਕੋਈ ਬੰਦਾ ਮਿਲੂ ਨਾ ਘੈਂਟ ਜਾ ਫਿਰ ਸੁਣਾਊਂਗਾ। ਗਾਈਜ਼ ਹੁਣ ਆ ਗਏ ਇਹਨਾਂ ਦੇ ਪਿੰਡ ਦੇ ਗਰਾਊਂਡ 'ਚ, ਅਤੇ ਕਹਿੰਦੇ ਕ੍ਰਿਕਟ ਖੇਡਣੀ ਆ ਮੁੰਡੇ, ਕਹਿੰਦੇ 1, 2, 3 ਅਤੇ 4 ਬੰਦੇ ਆ, ਅਤੇ 5ਵਾਂ ਮੈਂ, 1-2 ਜੇ ਹੋਰ ਆ ਜਾਂਦੇ ਫਿਰ ਖੇਡਦੇ ਹਾਂ, ਹੁੰਦੇ ਹਾਂ ਮੈਚ ਖੇਡ ਲੈਂਦਾ ਬਾਈ ਕ੍ਰਿਕਟ। ਹੈਂ ਬੈਟ ਕਿੱਥੇ ਆ, ਇਸੇ ਨਾਲ ਹੀ, ਇਸੇ ਨਾਲ ਹੀ ਚੱਲਦਾ ਕੰਮ, ਆਈਦੇ ਨਾ ਗੁੱਲੀ ਡੰਡਾ ਕਿ ਕ੍ਰਿਕਟ ਕੀ ਆ ਫਿਰ, ਓਪਨਿੰਗ ਬੈਟਸਮੈਨ ਕੀ ਹੋ ਗਿਆ ਬਾਈ, ਨਵਾਂ ਸ਼ਬਦ ਕੱਢਿਆ ਪੰਜਮ। ਬਈ ਚੱਲੇ ਆ, ਇਹਨਾਂ ਨੇ ਜ਼ਖਮੀ ਕਰਤਾ ਹੁਣ ਮੈਨੂੰ, ਅੱਧਾ ਮੈਚ ਛੱਡ ਕੇ ਚੱਲੇ ਆ, ਤੰਦਰਾਂ ਨੇ ਗੋਡਾ ਦਿਖਾਤਾ। ਚੰਗਾ ਬਈ, ਕੱਲ ਨੂੰ ਮਿਲਦੇ ਆ ਹਸਪਤਾਲ 'ਚ, ਆਵੇ ਗਿੱਲਾ ਕਰਤਾ ਗੋਡਾ ਸਾਰਾ ਖੂਨ ਨਾਲ, ਪਜਾਮੇ ਦੇ ਉੱਤੇ ਮੱਖੀਆਂ ਆ ਗਈਆਂ ਗੋਡੇ ਕੇ ਮੇਰੇ। ਯਾਰ ਪਹਿਲਾਂ ਸੱਟ ਵੱਜੀ ਸੀਗੀ ਤੇ
ਮੈਨੂੰ ਤਾਂ ਕੀਪਰ ਲਾਇਆ ਵੀ ਚੱਲ ਭਗਾਈ ਘੱਟ ਹੋ ਗਈ, ਗੋਡੇ ਤੇ ਆ ਕੇ ਬਾਲ ਵੱਜੀ ਉੱਥੇ ਜਿੱਥੇ ਸੱਟ ਸੀਗੀ। ਦਿਨ ਮਾੜਾ ਅੱਜ ਮੈਂ ਹੁੰਦਾ ਹੁੰਦਾ ਕਿਹੇ ਕਿਹੇ ਦਿਨ ਮੇਰੇ ਹਫਤਾ ਮਾੜਾ ਚੱਲਣ ਲੈਣਾ 25 ਕੋ ਮੈਂ ਅੱਜ ਨਹੀਂ ਜੀਣਾ। ਚੱਲਦੇ ਹਾਂ ਹੁਣ ਡਾਕਟਰ ਕੋਲ। ਗਾਈਸ ਹੁਣ ਸੱਟ ਤੇ ਦਵਾਈ ਲਵਾ ਲਈ ਆ ਤੇ ਘਰੇ ਆ ਗਏ ਆ। ਇੱਥੇ ਯਾਰ ਆ ਗੋਡੇ ਦੇ ਨਾ ਮੋਟਰਸਾਈਕਲ ਤੋਂ ਡਿੱਗ ਗਿਆ ਸੀ, ਤੈਨੂੰ ਲੱਗ ਗਈ ਸੱਟ, ਹੁਣ ਠੀਕ ਆ। ਪਰ ਹੁਣ ਆਏ ਆ ਵੀ ਇਹਨਾਂ ਦੇ ਖੇਤ ਵੇਖਣ ਆ ਗਏ, ਕਿਉਂਕਿ ਮੈਂ ਕਾਫੀ ਟਾਈਮ ਬਾਅਦ ਆਇਆ ਇਹਨਾਂ ਦੇ ਪਿੰਡ। ਵੈਸੇ ਆਉਂਦਾ ਜਾਂਦਾ ਤਾਂ ਮੈਂ ਰਹਿੰਦਾ, ਪਰ ਮੈਂ ਕਦੀ ਹੁਣ ਸਾਲ ਡੇਢ ਸਾਲ ਹੋ ਗਿਆ ਹੋਊਗਾ ਨਾ ਰਾਤ ਨਹੀਂ ਰਿਹਾ, ਮਤਲਬ ਤੇ ਰਹਿਣ ਬਹੁਤ ਟਾਈਮ ਬਾਅਦ ਆਇਆ। ਆਉਂਦਾ ਸੀਗਾ ਗੇੜਾ ਜਿਹਾ ਲਾ ਕੇ ਚਲਾ ਜਾਂਦਾ ਘੰਟਾ ਕਰ ਅੱਗੇ, ਇਹ ਤਾਂ ਆ ਹੋ ਜਾਂਦਾ ਵਿੱਚੋਂ, ਪਰ ਇਹ ਵੀ ਘੱਟ ਹੀ ਆਉਂਦਾ, ਕਿੰਨਾ ਕੁ ਵੇਖਿਆ ਜੇ ਆਉਂਦਾ ਹੋਊਗਾ। ਤੇ ਪੈਲੀ ਦੱਸ ਵੀ ਕਿੰਨੀ ਥੋੜ੍ਹੀ ਜਿੱਥੇ ਤੱਕ ਨਿਕਾਹ ਜਾਂਦੀ ਹੈ ਉੱਥੇ ਤੱਕ ਨਹੀਂ ਗਈ। ਹਾਂ ਚਾਚੇ ਤੰਨੇ ਕੀ ਆ ਗਈ ਖੜੀਆਂ ਬੀਜ ਦਿੰਦੇ ਸੀ ਪਹਿਲਾਂ, ਚੂਹਾ ਪੈ ਜਾਂਦਾ ਨਾ, ਉਹ ਖੋਖਲੀਆਂ ਪੈਂਦੀਆਂ ਨਾ। ਹੁਣ ਅਸੀਂ ਤਾਸ਼ ਲੈ ਆਉਂਦੀ ਆ, ਰਾਤ ਦਾ ਫਨ ਦਾ ਪ੍ਰੋਗਰਾਮ ਕਰ ਲਿਆ, ਤਾਸ਼ ਖੇਡਾਂਗੇ ਹੈਗੇ ਆ ਅਸੀਂ ਤਿੰਨ ਚਾਰ ਜਣੇ। ਤੇ ਬਾਈ ਹੁਣਾਂ ਨਾਲ ਚੈਸ ਦਾ ਮੈਚ ਲਾਇਆ ਸੀਗਾ, ਇਹ ਕਹਿੰਦੇ ਸੀ ਤੁਹਾਨੂੰ ਹਰਾਵਾਂਗੇ, ਮੈਂ ਕਿਹਾ ਨਾ ਸਾਰਾ ਪਿੰਡ ਲੈ ਜਾਓ, ਪਿੰਡ ਸਾਰਾ ਹਰਾ ਦੇਵਾਂਗਾ ਮੈਂ ਇਹਨਾਂ ਦਾ। ਮੈਂ ਕਿਹਾ ਨਾ ਜਿੱਦਾਂ ਤਗੜੇ ਅਸੀਂ ਉੱਥੇ ਤਗੜੇ ਹਾਂ, ਕ੍ਰਿਕਟ ਸਾਨੂੰ ਨਹੀਂ ਆਉਂਦੀ ਖੇਡਣੀ। ਉਹ ਮੈਨੂੰ ਬੱਜਲ ਕਰਾ ਲਿਆਂਦਾ, ਮੇਰਾ ਗੋਡਾ ਵੇਖ ਲਓ ਇਹਨਾਂ ਨੇ ਕੀ ਕੀਤਾ ਗੋਡੇ ਨਾਲ, ਧੋਨੀ ਬਣਨ ਦੇ ਚੱਕਰ 'ਚ ਦਿਨੇਸ਼ ਕਾਰਤਿਕ ਬਣਾ ਤਾ। ਅੱਜ ਕੱਲ੍ਹ ਤਾਂ ਦਿਨੇਸ਼ ਕਾਰਤਿਕ ਵੀ ਰਨ ਮਾਰਦਾ, ਰਨ ਹੀ ਮਾਰਦਾ, ਟਾਈਮ ਦਾ ਦਿਨੇਸ਼ ਕਾਰਤਿਕ ਦਾ ਟੱਪ ਗਿਆ ਜਿਹੜਾ ਟੱਪਣਾ ਸੀ ਹੁਣ। ਬਾਕੀ ਉਹ ਸੱਚ ਦਿਨੇਸ਼ ਕਾਰਤਿਕ ਦੀ ਵਾਈਫ ਬਾਰੇ ਮੈਨੂੰ ਪਤਾ ਲੱਗਿਆ, ਮੈਂ ਤੈਨੂੰ ਇੰਸਟਾ ਤੇ ਵੇਖੀ ਵੇ, ਮੁਰਲੀ ਵੀ ਆ ਕੀ ਸੀ ਦੂਜੇ ਦੀ, ਹਾਂ ਬੈਸਟ ਫਰੈਂਡ ਮੁਰਲੀ ਵਿਜੇ ਸੀ ਯਾਰ ਉਹ। ਦਿਨੇਸ਼ ਕਾਰਤਿਕ ਭਾਈ ਕੇ ਸਾਥ ਧੋਖਾ ਹੋਆ, ਡੀ ਕੇ ਭਾਈ, ਜਸਟਿਸ ਫੋਰ ਡੀ ਕੇ। ਵੈਸੇ ਨਾ ਮੈਂ ਉਹ ਦੇਖੀ ਜਿਹੜੀ ਡੀ ਕੇ ਦੀ ਪਹਿਲੀ ਘਰ ਵਾਲੀ ਸੀਗੀ, ਉਹਦੇ ਮੈਂ ਕਮੈਂਟ ਸੈਕਸ਼ਨ 'ਚ ਗਿਆ, ਬਈ ਗਾਲਾਂ ਦਿੰਦੇ ਲੋਕ, ਮਤਲਬ ਪੂਰਾ ਟਰੋਲ ਕਰਦੇ ਹਜੇ ਤੱਕ ਨਹੀਂ, ਕਿੰਨੇ ਸਾਲ ਪੁਰਾਣੀ ਗੱਲ ਆ ਫਿਰ ਵੀ ਹਟਦੇ ਨਹੀਂ ਗੇ, ਮਤਲਬ ਧੋਖਾ ਦਾ ਧੋਖਾ ਹੀ ਹੁੰਦਾ। ਸੁਣ ਰਹੀ ਹਾਂ ਉਹਨੇ ਕਿਹੜਾ ਵਲੌਗ, ਧੋਖਾ ਦਾ ਧੋਖਾ ਹੀ ਹੁੰਦਾ। ਆਪਣਾ ਫੇਵਰੇਟ ਬਈ ਕੋਹਲੀ ਆ। ਵੈਸੇ ਉਹ ਸੱਚ ਹੁਣ ਤਾਂ ਚਹਿਲ ਨਾਲ ਵੀ ਉਵੇਂ ਹੋ ਰਿਹਾ, ਤੈਨੂੰ ਲੱਗ ਨਹੀਂ ਰਿਹਾ? ਸ਼੍ਰੇਸ਼ ਬਾਈ, ਸ਼੍ਰੇਸ਼ ਬਾਈ, ਚਹਿਲ ਬਾਈ ਨਾਲ ਵੀ ਥੋੜ੍ਹਾ ਥੋੜ੍ਹਾ ਮੈਨੂੰ ਲੱਗ ਰਿਹਾ ਧੋਖਾ ਹੋ ਰਿਹਾ ਅੱਜ ਕੱਲ੍ਹ। ਦੁਖੀ ਜਿਹਾ ਲੱਗਣ ਲੱਗ ਪਿਆ ਇੰਸਟਾਗ੍ਰਾਮ 'ਤੇ, ਭਾਬੀ ਜੀ ਦੀਆਂ ਡਾਂਸ ਦੀਆਂ ਵੀਡੀਓ ਬਹੁਤ ਆ ਰਹੀਆਂ ਸ਼੍ਰੇਸ਼ ਅਈਅਰ ਨਾਲ, ਉਹ ਇੱਕ ਉਹਦੇ ਨਾਲ ਮੁਨਾਵਰ ਨਾਲ ਵੀ, ਚਹਿਲ ਨਾਲ ਅੱਜ ਕੱਲ੍ਹ ਘੱਟ ਆ ਰਹੀਆਂ ਵੀਡੀਓ, ਕੀ ਚੱਕਰ ਹੈ? ਚਹਿਲ ਬੇਚਾਰਾ ਪਬਜੀ ਖੇਡਦਾ ਰਹਿ ਜਾਂਦਾ ਗੇਮ, ਸ਼੍ਰੇਸ਼ ਅਈਅਰ ਖੇਡ ਜਾਂਦਾ। ਚਲੋ ਕੋਈ ਗੱਲ ਨਹੀਂ, ਗੇਮ ਚੇਂਜਰ, ਚੱਲੀਏ ਫਿਰ ਘਰੇ, ਚੱਲ ਬੋਲ ਪਾ ਕੁਛ ਹੋਰ, ਕੋਈ ਆਪਦੇ ਰਾਏ ਦੇਣੀ ਹੋਵੇ ਇਸ ਟੋਪਿਕ 'ਤੇ, ਕੋਈ ਕ੍ਰਿਕਟ ਰਿਲੇਟਡ IPL ਸੀਜ਼ਨ ਚੱਲ ਰਿਹਾ, ਮੈਂ ਕਿਹਾ ਥੋੜ੍ਹਾ ਉਹ ਡਿਸਕਸ਼ਨ ਕਰ ਲਈਏ, ਕਰਨਾ ਚਾਹੀਦਾ IPL ਬਾਰੇ, ਕਰਨਾ ਅਪ ਟੂ ਡੇਟਡ ਰਹਿਣਾ ਚਾਹੀਦਾ। ਅਤੇ ਕੋਈ RCB ਨੂੰ ਚੱਕਣ ਵਾਸਤੇ ਕੋਈ ਹੈਗੀ ਆ ਮਸ਼ੀਨ, ਕੋਈ ਉਹ JCB ਲੈ ਆਈਏ, ਥੋੜ੍ਹਾ ਪੁਆਇੰਟ ਟੇਬਲ 'ਚ ਚੱਕ ਦਈਏ ਉਹਨਾਂ ਨੂੰ, ਕਿ ਨਹੀਂ ਔਖਾ? ਇਹ ਪੂਰਾ ਟਰੂ RCB ਫੈਨ ਆ ਵਿਚਾਰਾ, ਇਹ RCB ਸਾਰਿਆਂ ਨੂੰ ਬਾਹਰ ਲੈ ਕੇ ਜਾਊਗੀ। ਐਂ ਕਰੋ ਜਿਹੜੀਆਂ ਟੌਪ ਵਾਲੀਆਂ ਟੀਮਾਂ ਉਹਨਾਂ ਦਾ ਉਹ ਕਰਾ ਦਿੰਦੇ ਆਪਾਂ ਮੀਟਅਪ MBHI ਵਾਲੇ ਨਾਲ, ਫਿਰ RCB ਸ਼ਾਇਦ ਤੱਕ, ਫਿਰ ਸ਼ਾਇਦ ਥੋੜ੍ਹੇ ਚਾਂਸ ਹੈਗੇ ਆ ਅਤੇ ਉੱਪਰ ਚਲੀ ਜਾਊਗੀ। ਹਾਂ MBHI ਵਾਲਾ ਇਕੱਲਾ ਸੇਵ ਕਰ ਸਕਦਾ RCB ਨੂੰ, ਵਰਨਾ ਕੋਹਲੀ ਬਾਈ ਤਾਂ ਗਿਆ, ਖਤਮ ਆ ਕੋਹਲੀ ਦੀ ਕਹਾਣੀ ਤਾਂ ਵਿਚਾਰੇ ਦੀ। ਬਾਕੀ ਵਰਲਡ ਕੱਪ 'ਚ ਪਤਾ ਲੱਗੂਗਾ ਕੋਹਲੀ ਕੀ ਕਰਦਾ, ਕੋਹਲੀ ਨੇ ਤਾਂ ਯਾਰ ਵਰਲਡ ਕੱਪ ਵੀ ਵਧੀਆ ਖੇਡ ਲੈਣਾ,
ਰਨ ਵੀ ਮਾਰ ਦੇਣੇ ਆ, ਸੈਂਚਰੀਆਂ ਵੀ ਲਾ ਦੇਣੀਆਂ, ਸਟ੍ਰਾਈਕ ਰੇਟ ਵੀ ਵੱਧ ਜਾਣਾ ਕੋਹਲੀ ਦਾ, ਅਤੇ ਵਰਲਡ ਕੱਪ ਫਿਰ ਹਾਰ ਜਾਣਾ ਆਪਾਂ। ਜਿੱਤੂ ਪਤਾ ਕੌਣ? ਸਾਈਲੈਂਸਰ, ਸਾਈਲੈਂਸਰ ਪੈਟ ਕਮਿੰਨ। ਅੱਜ ਦਾ ਵਲੌਗ ਇੱਥੇ ਐਂਡ ਕਰਦੇ ਹਾਂ, ਲਾਈਕ ਸਬਸਕ੍ਰਾਈਬ ਕਰ ਦਿਓ ਠੋਕੇ, ਮਿਲਦੇ ਹਾਂ ਅਗਲੇ ਵਲੌਗ 'ਚ, ਬਾਏ।